ਅੱਜ ਸਾਡੇ ਭਰਾ ਕਈ ਜੋ ਚਪੈਰਾ ਸਮਾਗਮ ਹੁੰਦੇ ਨੇ ਇੱਥੇ ਵਾਦ ਵਿਵਾਦ ਕਰਦੇ ਨੇ, ਜਾਂ ਤਾਂ ਉਹਨਾਂ ਦਾ ਭੋਲਾਪਨ ਹੈ, ਜਾਂ ਉਹਨਾਂ ਕਦੀ ਚਪੈੜੇ 'ਚ ਆ ਕੇ ਦਰਸ਼ਨ ਦਾਰੇ ਨਹੀਂ ਕੀਤੇ। ਐ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ। ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪੈੜਾ ਆਰੰਭ ਹੋਇਆ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪੈੜਾ ਆਰੰਭ ਕੀਤਾ ਸੀ। ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ। ਭਾਈ ਮਰਦਾਨਾ ਜੀ ਨੇ ਬੜੀ ਨਿਮਰਤਾ ਦੇ ਨਾਲ ਬੇਨਤੀ ਕੀਤੀ, ਮੇਰੇ ਗੁਰੂ ਜੀ ਤੁਹਾਨੂੰ ਯਾਦ ਪਏ ਕਰਦੇ ਨੇ। ਵੇਖੋ ਭਾਗਾਂ ਵਾਲਿਓ, ਜਿਨ੍ਹਾਂ ਦੀ ਨੀਅਤ ਰਾਸ ਹੋਵੇ ਨਾ, ਜਿਨ੍ਹਾਂ ਦੀ ਨੀਅਤ ਸਾਫ਼ ਹੋਵੇ ਨਾ, ਮੇਰਾ ਬਾਬਾ ਨਾਨਕ ਉਹਨਾਂ ਨੂੰ ਆਪਣੇ ਕੋਲ ਆਪ ਬੁਲਾਉਂਦਾ ਜੇ। ਫਿਰ ਯਤਨ ਕਰੋ ਹਮੇਸ਼ਾ ਨੀਅਤ ਰਾਸ ਰੱਖੀਏ, ਨੀਅਤ ਸਾਫ਼ ਰੱਖੀਏ। ਬਾਬਾ ਸਾਉਣ ਜੀ ਭਾਈ ਮਰਦਾਨਾ ਜੀ ਦੇ ਨਾਲ ਆਉਂਦੇ ਨੇ, ਜਦੋਂ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਦੇ ਨੇ ਨਾ, ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕਰਦੇ ਨੇ। ਹੁਣ ਅੰਮ੍ਰਿਤ ਵੇਲਾ ਹੁੰਦਾ ਹੈ, ਸਤਸੰਗ ਹੁੰਦਾ ਹੈ, ਹੋਰ ਵੀ ਇਲਾਕੇ ਦੀਆਂ ਸੰਗਤਾਂ ਪਹੁੰਚਦੀਆਂ ਨੇ, ਸਭ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ 'ਚ ਨਾਮ ਜਪਦੀਆਂ ਨੇ। ਸੰਗਤਾਂ ਨੂੰ ਬੜਾ ਰਸ ਆਉਂਦਾ ਹੈ। ਬਾਬਾ ਸਾਉਣ ਜੀ ਵੀ ਸੰਗਤਾਂ ਦੀ ਸੇਵਾ ਵੀ ਕਰਦੇ ਨੇ, ਨਾਲ ਨਾਲ ਨਾਮ ਵੀ ਜਪਦੇ ਨੇ। ਤਿੰਨ ਦਿਨ ਸੰਗਤ ਕੀਤੀ ਬਾਬਾ ਸਾਉਣ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ। ਹੁਣ ਤੀਸਰੇ ਦਿਨ ਸੰਸਾਰ ਦੇ ਭਲੇ ਵਾਸਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਅਗਾਂਹ ਚੱਲੇ ਨਾ, ਤਾਂ ਬਾਬਾ ਸਾਉਣ ਜੀ ਨੇ ਇੱਦਾਂ ਗਲਤ ਪੱਲਾ ਪਾ ਲਿਆ। ਮੇਰੇ ਵੱਲ ਵੇਖਿਓ, ਗਲਤ ਪੱਲਾ ਪਾ ਲਿਆ ਤਾਂ ਅੱਗਲ ਵੰਡੀ ਦੋਵੇਂ ਹੱਥ ਜੋੜ ਲਏ, ਜਿੱਦਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਨਾ ਹੱਥ ਜੋੜ ਕੇ, ਇੱਦਾਂ ਹੀ ਇੱਧਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਤੇ ਸਾਹਮਣੇ ਬਾਬਾ ਸਾਉਣ ਜੀ ਨੇ ਇੱਦਾਂ ਦੋਵੇਂ ਹੱਥ ਜੋੜ ਲਏ ਗਲਤ ਪੱਲਾ ਪਾ ਕੇ। ਹੇ ਗੁਰੂ ਨਾਨਕ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦੇ ਨਾਲ ਤਿੰਨ ਦਿਨ ਤੁਹਾਡੀ ਸੰਗਤ ਕਰਨ ਦਾ ਮੈਨੂੰ ਉਹ ਭਾਗ ਨਸੀਬ ਹੋਇਆ ਹੈ। ਤਿੰਨ ਦਿਨ ਤੁਹਾਡੀ ਸੰਗਤ ਕੀਤੀ ਹੈ ਤੁਹਾਡੀ ਕਿਰਪਾ ਦੁਆਰਾ। ਹੇ ਗੁਰੂ ਨਾਨਕ ਪਾਤਸ਼ਾਹ ਜੀ, ਹੁਣ ਮੈਨੂੰ ਜਾਂ ਤਾਂ ਆਪਣੇ ਨਾਲ ਲੈ ਜਾਓ ਤੁਸੀਂ, ਜਾਂ ਤੁਸੀਂ ਪੱਕੇ ਮੇਰੇ ਕੋਲ ਇੱਥੇ ਰਹੋ। ਹੁਣ ਹੇ ਗੁਰੂ ਨਾਨਕ ਪਾਤਸ਼ਾਹ ਜੀ, ਹੁਣ ਤੁਹਾਡੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ। ਕੀ ਆਖਿਆ ਜੀ ਗੁਰੂ ਨਾਨਕ ਪਾਤਸ਼ਾਹ ਜੀ? ਤੁਹਾਡੇ ਤੋਂ ਬਗੈਰ ਮੈਂ ਹੁਣ ਰਹਿ ਨਹੀਂ ਸਕਦਾ। ਬਾਬਾ ਸਾਉਣ, ਤੇਥੋਂ ਸਦਕੇ ਜਾਈਏ, ਤੇਥੋਂ ਬਲੇਹਾਰੇ ਜਾਈਏ। ਹੇ ਬਾਬਾ ਸਾਉਣ, ਤੇਥੋਂ ਅਸ਼ਕੇ ਜਾਈਏ। ਕੇਵਲ ਤੇ ਕੇਵਲ ਤਿੰਨ ਦਿਨ ਗੁਰੂ ਨਾਨਕ ਪਾਤਸ਼ਾਹ ਦੀ ਸੰਗਤ ਕੀਤੀ ਬਾਬਾ ਸਾਉਣ ਨੇ। ਆ ਤੀਸਰੇ ਦਿਨ ਕਹਿੰਦਾ, ਹੇ ਬਾਬਾ, ਜਾਂ ਤਾਂ ਮੈਨੂੰ ਆਪਣੇ ਨਾਲ ਲੈ ਜਾ ਅਤੇ ਜਾਂ ਮੇਰੇ ਕੋਲ ਇੱਥੇ ਰਹਿ, ਹੁਣ ਤੇਰੇ ਤੋਂ ਬਗੈਰ ਮੈਂ ਰਹਿ ਨਹੀਂ ਸਕਦਾ। ਅਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ? ਕਹਿੰਦੇ, ਬਾਬਾ ਸਾਉਣ ਜੀ, ਜੇ ਸਰੀਰ ਦੇ ਨਾਲ ਜੁੜੋਗੇ ਨਾ, ਹੁਣ ਇਹ ਗੱਲ ਪਕੜਿਓ, ਜੇ ਸਰੀਰ ਦੇ ਨਾਲ ਜੁੜੋਗੇ ਨਾ, ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ। ਹੇ ਬਾਬਾ ਜੀ, ਹੇ ਬਾਬਾ ਨਾਨਕ ਜੀ, ਫਿਰ ਮੈਂ ਕੀ ਕਰਾਂ, ਕਿਹੜਾ ਕੰਮ ਕਰਾਂ? ਤੇਰੇ ਨਾਲੋਂ ਕਦੀ ਵਿਛੋੜਾ ਮੇਰਾ ਪਵੇ ਹੀ ਨਾ। ਗੁਰਮੁਖੋ ਵੇਖੋ, ਇਹ ਬੇਨਤੀ ਬਾਬਾ ਸਾਉਣ ਨੇ ਕੀਤੀ ਹੈ,
ਪਰ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਜਵਾਬ ਦਿੱਤਾ ਨਾ, ਉਹ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਜੇ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਬਾਬਾ ਸਾਵਣ ਜੀ, ਜੇ ਸਰੀਰ ਦੇ ਨਾਲ ਜੁੜੋਗੇ ਫਿਰ ਇੱਕ ਦਿਨ ਵਿਛੋੜਾ ਹੀ ਵਿਛੋੜਾ ਹੈ। ਹੇ ਗੁਰੂ ਨਾਨਕ ਪਾਤਸ਼ਾਹ ਜੀ, ਫਿਰ ਮੈਂ ਕੀ ਕਰਾਂ? ਤੇਰੇ ਚਰਨਾਂ ਨਾਲ ਕਦੇ ਵਿਛੋੜਾ ਪਵੇ ਹੀ ਨਾ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਬਾਬਾ ਸਾਵਣ ਜੀ, ਤੁਸੀਂ ਗੁਰਬਾਣੀ ਦਾ ਅਭਿਆਸ ਕਰਿਆ ਕਰੋ, ਸ਼ਬਦ ਦੀ ਕਮਾਈ ਕਰਿਆ ਕਰੋ। ਹੇ ਗੁਰੂ ਨਾਨਕ ਪਾਤਸ਼ਾਹ ਜੀ, ਜੇ ਮੈਂ ਗੁਰਬਾਣੀ ਦਾ ਅਭਿਆਸ ਕਰਾਂ, ਸ਼ਬਦ ਦੀ ਕਮਾਈ ਕਰਾਂ, ਫਿਰ ਤੇਰੇ ਚਰਨਾਂ ਨਾਲ ਵਿਛੋੜਾ ਨਹੀਂ ਪਵੇਗਾ? ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਬਾਬਾ ਸਾਵਣ ਜੀ, ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ, ਸ਼ਬਦ ਦੀ ਕਮਾਈ ਕਰਿਓ, ਤੁਹਾਡਾ ਵਿਛੋੜਾ ਕੀ, ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ। ਬੋਲੇ ਸੋ ਨਿਹਾਲ, ਬਾਬਾ ਸਾਵਣ ਜੀ, ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ, ਸ਼ਬਦ ਦੀ ਕਮਾਈ ਕਰਿਓ, ਤੁਹਾਡਾ ਵਿਛੋੜਾ ਕੀ, ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ। ਕੀ ਆਖਿਆ ਗੁਰੂ ਨਾਨਕ ਪਾਤਸ਼ਾਹ ਜੀ ਨੇ? ਗੁਰਬਾਣੀ ਦਾ ਅਭਿਆਸ ਕਰਿਓ, ਸ਼ਬਦ ਦੀ ਕਮਾਈ ਕਰਿਓ। ਹੁਣ ਤੁਸੀਂ ਇੱਥੇ ਕੀ ਕਰਨ ਪਹੁੰਚੇ ਹੋ? ਗੁਰਬਾਣੀ ਦਾ ਅਭਿਆਸ ਕਰਨ ਵਾਸਤੇ, ਸ਼ਬਦ ਦੀ ਕਮਾਈ ਕਰਨ ਵਾਸਤੇ। ਅੱਜ ਸਾਡੇ ਭਰਾ ਕਈ ਜੋ ਚਪਹਿਰਾ ਸਮਾਗਮ ਹੁੰਦੇ ਨੇ, ਇੱਥੇ ਵਾਦ ਵਿਵਾਦ ਕਰਦੇ ਨੇ, ਜਾਂ ਤਾਂ ਉਹਨਾਂ ਦਾ ਭੋਲਾਪਨ ਹੈ, ਜਾਂ ਉਹਨਾਂ ਕਦੀ ਚਪਹਿਰੇ 'ਚ ਆ ਕੇ ਦਰਸ਼ਨ ਦਿਦਾਰੇ ਨਹੀਂ ਕੀਤੇ। ਮੈਂ ਨਹੀਂ ਕਹਿੰਦਾ ਕੋਈ ਇਹਦਾ ਸੰਬੰਧ ਇਤਿਹਾਸ ਦੇ ਨਾਲ ਹੈ, ਮੈਂ ਇਹ ਵੀ ਨਹੀਂ ਕਹਿੰਦਾ ਇਹ ਗੁਰੂ ਪਾਤਸ਼ਾਹ ਵੱਲੋਂ ਚਪਹਿਰਾ ਆਰੰਭ ਹੋਇਆ ਹੈ, ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹ ਬਾਬਾ ਦੀਪ ਸਿੰਘ ਨੇ ਚਪਹਿਰਾ ਆਰੰਭ ਕੀਤਾ ਸੀ, ਪਰ ਕਲਾ ਗੁਰੂ ਪਾਤਸ਼ਾਹ ਦੀ ਵਰਤਦੀ ਪਈ ਹੈ। ਸੰਗਤਾਂ ਨੇ ਪਿਆਰ ਦੇ ਵਿੱਚ, ਐਤਵਾਰ ਛੁੱਟੀ ਦਾ ਦਿਨ ਹੁੰਦਾ ਹੈ ਤੁਹਾਨੂੰ ਪਤਾ, ਬਦਵੀ ਭਗਤੀ ਇਹ ਚਪਹਿਰਾ ਸਾਹਿਬ ਆਰੰਭ ਕੀਤਾ, ਜੋ ਸੰਗਤਾਂ ਬਹੁਤ ਹੀ ਲਾਹਾ ਲੈ ਰਹੀਆਂ ਨੇ, ਸੰਗਤਾਂ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ ਦਿਨ ਰਾਤ। ਉਹ ਵੀ ਸਰੀਰ ਗੁਰਮੁਖ, ਜਿਹੜੇ ਕਹਿੰਦੇ ਅਸੀਂ ਕਦੀ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ, ਕਦੀ ਸੁਖਮਨੀ ਸਾਹਿਬ ਦਾ ਪਾਠ ਨਹੀਂ ਕੀਤਾ ਸੀ, ਚਪਈ ਸਾਹਿਬ ਦਾ ਪਾਠ ਨਹੀਂ ਕੀਤਾ, ਜਦੋਂ ਦੀ ਚਪਹਿਰੇ ਸਾਹਿਬ 'ਚ ਹਾਜ਼ਰੀ ਭਰੀ ਆ, ਅਸੀਂ ਰੋਜ਼ਾਨਾ ਸਾਡਾ ਨੇਮ ਬਣ ਗਿਆ, ਅਸੀਂ ਘਰਾਂ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹੋ ਨਾ, ਸੁਖਮਨੀ ਸਾਹਿਬ ਦਾ ਪਾਠ ਵੀ ਕਰਦੇ ਹਾਂ, ਚਪਈ ਸਾਹਿਬ ਦਾ ਪਾਠ ਵੀ ਕਰਦੇ ਹਾਂ। ਇੱਥੋਂ ਤੱਕ ਕਈ ਕਹਿੰਦੇ ਨੇ, ਕਹਿੰਦੇ ਐਤਵਾਰ ਛੁੱਟੀ ਦਾ ਦਿਨ ਹੁੰਦਾ ਸੀ, ਅਸੀਂ ਘਰਾਂ 'ਚ ਸਾਰੀ ਦਿਨ ਮੋਬਾਈਲ ਵੇਖਦੇ ਰਹਿਣਾ, ਜਾਂ ਸੁੱਤੇ ਰਹਿਣਾ, ਜਾਂ ਕੋਈ ਟੀ ਵੀ 'ਚ ਰੰਗ ਤਮਾਸ਼ੇ ਵੇਖਣੇ। ਬਾਬਾ ਦੀਪ ਸਿੰਘ ਨੇ ਇਹੋ ਜਿਹੀ ਕਿਰਪਾ ਕੀਤੀ ਹੈ, ਸਾਨੂੰ ਬਾਣੀ ਦੇ ਨਾਲ ਜੋੜ ਦਿੱਤਾ ਹੈ, ਕਲਾ ਗੁਰੂ ਦੀ ਵਰਤਦੀ ਪਈ ਹੈ, ਕਲਾ ਪਰਮੇਸ਼ਰ ਦੀ ਵਰਤਦੀ ਪਈ। ਕਿਉਂ? ਜਿਸ ਬਾਬੇ ਦੇ ਨਾਂ 'ਤੇ ਇਹ ਚਪਹਿਰਾ ਸਾਹਿਬ ਸ਼ੁਰੂ ਹੋਇਆ ਹੈ ਨਾ, ਉਹ ਬਾਬੇ ਨੇ ਚਾਰ ਸਰੂਪ ਗੁਰੂ ਗ੍ਰੰਥ ਸਾਹਿਬ ਦੇ ਹੱਥੀ ਲਿਖੇ ਸਨ। ਗੁਰਮੁਖੋ, ਰੋਮ ਰੋਮ ਦੇ 'ਚ ਬਾਣੀ ਦਾ ਵਾਸਾ ਸੀ ਧੰਨ ਬਾਬਾ ਦੀਪ ਸਿੰਘ ਜੀ ਦੇ। ਇੱਕ ਸਰੂਪ ਅਰਬੀ ਭਾਸ਼ਾ 'ਚ ਲਿਖਿਆ, ਗੁਰਬਾਣੀ ਦੀਆਂ ਪੋਥੀਆਂ ਲਿਖੀਆਂ, ਉਹ ਬਾਬਾ ਦੀਪ ਸਿੰਘ ਸੰਗਤਾਂ ਦੇ ਆਪ ਜੂਠੇ ਭਾਂਡੇ ਮਾਂਜਦੇ ਸਨ, ਸੰਗਤਾਂ ਦੀ ਸੇਵਾ ਕਰਦੇ ਸਨ, ਸਾਬੋ ਕੀ ਤਲਵੰਡੀ ਖੂਹ 'ਚੋਂ ਜਲ ਕੱਢ ਕੇ ਸੰਗਤਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਾਉਂਦੇ ਸਨ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਅਕਸਰ ਤੁਹਾਨੂੰ ਬੇਨਤੀ ਕਰਦਾ ਨਾ ਨਿਮਰਤਾ ਦੇ ਨਾਲ, ਉਹ ਭਾਗਾਂ ਵਾਲਿਓ, ਜਦੋਂ ਅਸੀਂ ਬਾਬਾ ਦੀਪ ਸਿੰਘ ਨੂੰ ਧੰਨ ਆਖਦੇ ਹਾਂ ਨਾ, ਗੁਰੂ ਰਾਮਦਾਸ ਪਿਤਾ ਬੜੇ ਪ੍ਰਸੰਨ ਹੁੰਦੇ ਜੇ,
ਵੀ ਕਿਉਂ ਪ੍ਰਸੰਨ ਹੁੰਦੇ ਨੇ? ਗੁਰੂ ਰਾਮਦਾਸ ਜੀ ਫਿਰ ਕਹਿੰਦੇ ਹੋਣਗੇ, ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ, ਉਹਨੇ ਗੁਰਬਾਣੀ ਨਾਲ ਬੜਾ ਪਿਆਰ ਕੀਤਾ, ਉਹਨੇ ਮੇਰੇ ਅਸਥਾਨ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ, ਉਹਨੇ ਕੋਈ ਮੇਰੇ ਦਰ 'ਤੇ ਆਉਂਦਾ ਹੈ ਕਰਾਹ ਪ੍ਰਸ਼ਾਦੀ ਦੇਖ ਭੇਟਾ ਕਰਦਾ ਹੈ, ਕੋਈ ਮੇਰੇ ਦਰ 'ਤੇ ਆਉਂਦਾ ਮਾਇਆ ਭੇਟਾ ਕਰਦਾ ਹੈ, ਕੋਈ ਮੇਰੇ ਦਰ 'ਤੇ ਆਉਂਦਾ ਪਦਾਰਥ ਭੇਟਾ ਕਰਦਾ ਹੈ, ਕੋਈ ਮੇਰੇ ਦਰ 'ਤੇ ਆਉਂਦਾ ਰਮਾਲਾ ਸਾਹਿਬ ਭੇਟਾ ਕਰਦਾ ਹੈ, ਪਰ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ ਨਾ, ਉਹਨੇ ਆਪਣਾ ਪਵਿੱਤਰ ਸੀਸ ਹੀ ਮੇਰੇ ਦਰ 'ਤੇ ਭੇਟਾ ਕਰ ਦਿੱਤਾ। ਬੋਲੇ ਸੋ ਨਿਹਾਲ। ਅੱਜ ਗੁਰੂ ਰਾਮਦਾਸ ਜੀ ਕਹਿੰਦੇ ਹੋਣਗੇ, ਉਹ ਭਲਿਓ ਜਿਹਨੂੰ ਤੁਸੀਂ ਧੰਨ ਕਹਿ ਰਹੇ ਹੋ, ਉਹਨੇ ਮੇਰੇ ਅਸਥਾਨ ਦੇ ਨਾਲ ਗੁਰਬਾਣੀ ਦੇ ਨਾਲ ਮੇਰੇ ਨਾਲ ਬੜਾ ਪਿਆਰ ਕੀਤਾ, ਉਹਨੇ ਇਸ ਕਰਕੇ ਜਦੋਂ ਤੁਸੀਂ ਉਹਨੂੰ ਧੰਨ ਕਹਿੰਦੇ ਹੋ ਮੈਂ ਵੀ ਬੜਾ ਖੁਸ਼ ਹੁੰਦਾ। ਕਿਸੇ ਦੇ ਗੱਲਾਂ ਵਿੱਚ ਨਾ ਆਓ, ਜਿਹੜੇ ਸਾਡੇ ਸਿੱਖ ਭਰਾ ਅੱਜ ਇਸ ਚੀਜ਼ ਦਾ ਵਿਰੋਧ ਕਰਦੇ ਨੇ, ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਉੱਥੇ ਚਾਰ ਚਾਰ ਪੰਜ ਪੰਜ ਘੰਟੇ ਹਾਜ਼ਰੀ ਜਾ ਕੇ ਭਰਦੇ ਹੋ, ਉਹਨਾਂ ਨੂੰ ਸਾਰੇ ਨਿਮਰਤਾ ਸਹਿਤ ਬੇਨਤੀ ਹੈ, ਉਹ ਵੀ ਸਾਡੇ ਭਰਾ ਨੇ ਗੁਰਮੁਖੋ, ਮੈਂ ਕੋਈ ਈਰਖਾ ਬਸ ਹੋ ਕੇ ਨਹੀਂ ਕਹਿ ਰਿਹਾ, ਹੱਥ ਜੋੜ ਕੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ, ਭਾਈ ਕਿਸੇ ਦੀ ਨਾ ਮੰਨੋ, ਦੂਰ ਬੈਠੇ ਵੀਡੀਓ ਪਾਉਣੀ ਹੋਰ ਗੱਲ ਹੈ, ਕਦੀ ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਆ ਕੇ ਨਾ ਬੇਅੰਤ ਸੰਗਤਾਂ ਨੇ, ਮੈਂ ਨਹੀਂ ਕਹਾਂ ਲੱਖਾਂ ਸੰਗਤਾਂ, ਲੱਖਾਂ ਤੋਂ ਉੱਪਰ ਸੰਗਤਾਂ ਨੇ, ਬੇਅੰਤ ਸੰਗਤਾਂ ਜਦੋਂ 4 ਵਜੇ ਭੋਗ ਪੈਂਦਾ ਹੈ ਨਾ, ਸੰਗਤਾਂ ਬਾਹਰ ਆਉਂਦੀਆਂ ਨੇ, ਕਿਸੇ ਨੂੰ ਆਵਾਜ਼ ਮਾਰ ਲਓ ਵੀ ਤੁਸੀਂ ਇੱਥੇ ਆਉਂਦੇ ਹੋ ਕਾਹਦੇ ਵਾਸਤੇ ਆਉਂਦੇ ਹੋ, ਕੋਈ ਆਖੇਗਾ ਮੇਰੇ ਘਰ ਕਲਾ ਕਲੇਸ਼ ਸੀ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ ਕਿਰਪਾ ਕਰਤੀ ਬਾਣੀ ਦੇ ਸਦਕੇ, ਕੋਈ ਆਖੇਗਾ ਅਸੀਂ ਸਾਰੀ ਸਾਰੀ ਦਿਹਾੜੀ ਮੋਬਾਈਲ 'ਚ ਲਾਉਂਦੇ ਹਾਂ, ਸਾ ਘਰ ਜਦੋਂ ਇੱਥੇ ਆਉਣਾ ਸ਼ੁਰੂ ਕੀਤਾ ਸਾਡਾ ਗੁਰਬਾਣੀ ਨਾਲ ਪਿਆਰ ਪੈ ਗਿਆ, ਕਿਸੇ ਵਿਸ਼ੇਸ਼ ਸਰੀਰ ਨੂੰ ਕੋਈ ਮੱਥਾ ਟੇਕਿਆ ਜਾਂਦਾ ਹੋਵੇ ਨਾ, ਜਾਂ ਕੋਈ ਮਨਮਤ ਹੁੰਦੀ ਹੋਵੇ, ਆਪਾਂ ਵੀ ਕਹਿੰਦੇ ਉਹ ਕੰਮ ਗਲਤ ਹੈ, ਇਹ ਕੰਮ ਨਹੀਂ ਹੋਣਾ ਚਾਹੀਦਾ, ਉੱਥੇ ਵਾਦ ਵਿਵਾਦ ਕਰੋ, ਪਰ ਇੱਥੇ ਤਾਂ ਕੇਵਲ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ, ਗੁਰੂਆਂ ਦੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਿਤਾ ਦੇ ਅੱਗੇ ਅਰਦਾਸ ਕੀਤੀ ਜਾਂਦੀ ਹੈ, ਫਿਰ ਸਤਿਗੁਰ ਦਾ ਹੁਕਮਨਾਮਾ ਲਿਆ ਜਾਂਦਾ ਹੈ, ਫਿਰ ਸੰਗਤਾਂ ਉੱਪਰ ਆਪਣੇ ਘਰਾਂ ਨੂੰ ਜਾਂਦੀਆਂ ਨੇ, ਇੱਥੇ ਕੋਈ ਹੈ ਮਨਮਤ? ਮੈਨੂੰ ਸਮਝ ਨਹੀਂ ਆਉਂਦੀ ਇਹ ਸਾਡੇ ਭਰਾ ਕਾਹਦੇ ਵਾਸਤੇ ਵਾਦ ਵਿਵਾਦ ਜਿੱਤ ਖੜਾ ਕਰਦੇ ਨੇ, ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਵਾਦ ਵਿਵਾਦ ਕਰਦੇ ਨੇ ਨਾ, ਹੱਥ ਜੋੜ ਕੇ ਬੇਨਤੀ, ਕਦੀ ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਚਪਹਿਰੇ 'ਤੇ ਆਇਓ, ਦੂਰੋਂ ਦੂਰੋਂ ਬੋਲਣਾ ਹੋਰ ਗੱਲ ਹੈ, ਇੱਥੇ ਆ ਕੇ ਸੰਗਤਾਂ ਦਾ ਵਿਊ ਲਿਓ, ਵੇਖੋ ਕਿਵੇਂ ਸੰਗਤਾਂ ਗੁਰਬਾਣੀ ਪੜ੍ਹਦੀਆਂ ਨੇ, ਗੁਰਬਾਣੀ ਨਾਲ ਜੁੜਦੀਆਂ ਨੇ, ਸਾਡੇ ਸਿੱਖ ਡੇਰਿਆਂ 'ਤੇ ਜਾਣਾ ਸ਼ੁਰੂ ਕਰਦਾ ਸੀ ਦੁੱਖ ਦੇ ਕਾਰਨ, ਹੋਰ ਧਰਮ ਤਬਦੀਲ ਹੋ ਗਏ ਸਨ, ਪਰ ਜਦੋਂ ਦੇ ਚਪਹਿਰੇ ਸ਼ੁਰੂ ਹੋਏ ਫਿਰ ਵਾਪਸ ਆਪਣੇ ਘਰ ਆ ਗਏ ਨੇ, ਫਿਰ ਗੁਰਬਾਣੀ ਦੇ ਨਾਲ ਜੁੜ ਗਏ ਨੇ, ਡੇਰਿਆਂ 'ਤੇ ਜਾਣਾ ਹਟ ਕੇ ਗੁਰੂ ਗ੍ਰੰਥ ਸਾਹਿਬ 'ਤੇ ਲੜ ਫਿਰ ਲੱਗ ਗਏ ਨੇ, ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਹੈ, ਸੰਗਤਾਂ ਫਿਰ ਗੁਰਬਾਣੀ ਦੇ ਨਾਲ ਜੁੜਦੀਆਂ ਪਈਆਂ ਨੇ, ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦੀਆਂ ਪਈਆਂ ਨੇ, ਤੁਸੀਂ ਸਹਿਯੋਗ ਕਰੋ, ਸਪੋਰਟ ਕਰੋ ਸੰਗਤਾਂ ਨੂੰ, ਹਾਂ ਜਿੱਥੇ ਕੋਈ ਮਨਮਤ ਹੈ ਉੱਥੇ ਬੋਲੋ, ਉੱਥੇ ਸਮਝਾਓ ਇਹ ਚੀਜ਼ ਮਨਮਤ ਹੈ, ਭਾਗਾਂ ਵਾਲਿਓ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ। ਅੱਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਉਹ ਬਾਬਾ ਸਾਉਣ ਜੀ, ਤੁਸੀਂ ਗੁਰਬਾਣੀ ਦਾ ਅਭਿਆਸ ਕਰਿਓ, ਸ਼ਬਦ ਦੀ ਕਮਾਈ ਕਰਿਓ, ਤੁਹਾਡਾ ਵਿਛੋੜਾ ਕੀ ਤੁਹਾਡੀਆਂ ਕੁੱਲਾਂ ਦਾ ਵਿਛੋੜਾ ਵੀ ਨਹੀਂ ਪਏਗਾ, ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਗੁਰਮੁਖੋ, ਅਸੀਂ ਗੁਰਬਾਣੀ ਨਾਲ ਜੁੜਨਾ ਹੈ, ਗੁਰਬਾਣੀ ਰੱਜ ਰੱਜ ਕੇ ਪੜ੍ਹੋ, ਆਇਓ ਸੁਣਨ ਪੜ੍ਹਨ ਕੋ ਬਾਣੀ,
ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਗੁਰਬਾਣੀ ਗਾਵੋ ਭਾਈ, ਉਹ ਸਫਲ ਸਦਾ ਸੁਖਦਾਈ। ਸਤਿਗੁਰ ਕਿਰਪਾ ਕਰਨ, ਸਤਿਗੁਰ ਬਖਸ਼ਿਸ਼।